ਜਦੋਂ ਮੁੱਖ ਮੰਤਰੀ ਬਣ ਗਏ ਅਕਸਰ ਹੁੰਦਾ ਜਦੋਂ ਕੋਈ ਬੰਦਾ ਵੱਡੀ ਕੁਰਸੀ ਤੇ ਬੈਠ ਜਾਂਦਾ ਉਹਦਾ ਕੱਦ ਵੱਡਾ ਹੋ ਜਾਂਦਾ ਤੇ ਫਿਰ ਆਪਣਿਆਂ ਤੋਂ ਥੋੜਾ ਜਿਹਾ ਫਿਰ ਦੂਰੀ ਬਣਾਉਣ ਲੱਗ ਜਾਂਦਾ ਉਹਨਾਂ ਦੇ ਦਿਲ ਚ ਇਹ ਗੱਲ ਆਈ ਸੀ ਜਦੋਂ ਪਿੰਡ ਚ ਆਉਣਾ ਉਹਨਾਂ ਪ੍ਰੋਫੈਸਰ ਹੀ ਆਉਣਾ ਅੱਛਾ ਪਿੰਡ ਚ ਮੁੱਖ ਮੰਤਰੀ ਬਣ ਕੇ ਨਹੀਂ ਆਉਂਦੇ ਨਹੀਂ ਆਉਂਦੇ ਸੀ ਸਾਨੂੰ ਉੱਥੇ ਸੱਦ ਲੈਣਾ ਹਾਲ ਚ ਜਾ ਕੇ ਬਹਿ ਜਾਣਾ ਆਪ ਆ ਕੇ ਵੀ ਬਹਿ ਜਾਣਾ ਅੱਥ ਗੱਲਾਂ ਕਰੀ ਜਾਣੀਆਂ ਆਪਾਂ ਕੰਮ ਕਰ ਲਈਏ ਆਪਾਂ ਕੰਮ ਕਰ ਲਈ ਕੰਮ ਉਹਨਾਂ ਨੇ ਕਰਨਾ ਹੁੰਦਾ ਸੀ ਕੋਈ ਵੀ ਚੀਜ਼ ਬਣਾਉਣੀ ਹੁੰਦੀ ਸੀ ਪਹਿਲਾਂ ਤੁਹਾਡੀ ਰਾਏ ਲੈਂਦੇ ਸੀ ਬਜ਼ੁਰਗਾਂ ਦੀ ਪਿੰਡ ਚ ਪੁੱਛ ਲਈ ਖੁਸ਼ ਕਰ ਦਿੰਦੇ ਸੀ ਅੱਛਾ ਹਾਂਜੀ ਰਾਏ ਨਾਲ ਤੇ ਅੱਥ ਗੱਲਾਂ ਕਰੀ ਜਾਣੀਆਂ ਬੜੇ ਖੁਸ਼ ਰੂਹ ਸੀ ਜਦੋਂ ਪਾਲਾ ਸਿੰਘ ਹੋਰੀ ਘਰੇ ਜਾਂਦੇ ਸੀ ਤੇ ਉਹਨਾਂ ਨੂੰ ਇਜਾਜ਼ਤ ਸੀ ਜਿਵੇਂ ਕੋਈ ਕਿਸੇ ਮੁੱਖ ਮੰਤਰੀ ਦੇ ਘਰੇ ਜਾਣਾ ਹੁੰਦਾ ਤਾਂ ਬੜਾ ਪਰਮਿਸ਼ਨਾਂ ਲੈਣਾ ਪੈਂਦੀਆਂ ਬੜੀ ਕੁਛ ਪੁੱਛਣਾ ਪੈਂਦਾ ਫਿਰ ਕਿਤੇ ਕਿਤੇ ਮੁੱਖ ਮੰਤਰੀ ਦੇ ਘਰੇ ਐਂਟਰੀ ਹੁੰਦੀ ਆ ਉੱਥੇ ਤੁਹਾਨੂੰ ਤਾਂ ਟੱਪਣ ਦਿੰਦੇ ਸਾਨੂੰ ਤਾਂ ਨਹੀਂ ਸੀ ਰੋਕਦੇ ਹਾਲ ਚ ਜਾ ਕੇ ਬਹਿ ਜੀਦਾ ਸੀ ਸਿੱਧੇ ਕੋਈ ਕੁਛ ਨੀ ਪੁੱਛ ਗਏ ਕੁਛ ਨੀ ਸੀ ਪੁੱਛਦਾ ਫਿਰ ਉਹਨਾਂ ਦੇ ਜਿਹੜੇ ਗੰਦਗੀ ਬੰਦੇ ਸੀਗੇ ਘਰੇ ਰਹਿੰਦੇ ਲਾਂਗਰੀ ਸਮਝ ਲਓ ਉਹਨਾਂ ਨੂੰ ਦੱਸ ਦੇਣਾ ਵੀ ਮਿਲਣਾ ਇਹ ਆ ਕਦੇ ਤਾਂ ਉਹਨਾਂ ਆਸ ਦੇਣਾ ਕਿ ਗਾਂ ਜਿੱਥੇ ਅੱਗੇ ਬੈਠੇ ਹੋਣਾ ਬਈ ਇੱਥੇ ਸੱਦ ਲਓ ਅੱਛਾ ਜੇ ਬੰਦੇ ਜ਼ਿਆਦਾ ਹੋਣਾ ਫਿਰ ਸਾਡੇ ਕੋਲ ਉੱਥੇ ਆ ਕੇ ਬਹਿ ਜਾਣਾ ਕੁਰਸੀ ਕੋਈ ਰੋਕ ਟੋਕ ਨਹੀਂ ਸੀਗੀ ਨਹੀਂ ਰੋਕ ਟੋਕ ਸਾਨੂੰ ਪਿੰਡ ਵਾਲਿਆਂ ਨੂੰ ਨਹੀਂ ਸੀ ਰੋਕ ਹੋਰ ਵੀ ਕੋਈ ਸਾਥੋਂ ਵੀ ਨੇੜੇ ਹੋਣਗੇ ਪਿੰਡਾਂ ਦੇ ਉਹਨਾਂ ਨੂੰ ਵੀ ਰੋਕ ਮਿਲਦੇ ਰੇਕ ਨੂੰ ਹੀ ਸੀ ਮਿਲਦੇ ਖੁਸ਼ ਹੋ ਕੇ ਮਿਲਦੇ ਸੀ ਪਿੰਡ ਪੱਧਰ ਤੇ ਕੀ ਸ਼ੌਂਕ ਸੀ ਉਹਨਾਂ ਦੇ ਬਸ ਉਹਨਾਂ ਦਾ ਕੋਈ ਦਿਲੀ ਖਿਆਲ ਸੀ ਸਾਂਝੇ ਕੰਮ ਕਰਨ ਦਾ ਬਹੁਤ ਸ਼ੌਂਕ ਸੀ ਤੇ ਪਿੰਡ ਨਾਲ ਮਿਲ ਵਰਤ ਰੱਖਣ ਦਾ ਬਹੁਤ ਸ਼ੌਂਕ ਸੀ ਅੱਛਾ ਜੇ ਕਿਸੇ ਪਿੰਡਾਂ ਚ ਹੁੰਦੇ ਆ ਵਿਰੋਧੀ ਵੀ ਜਾਣਾ ਤੇ ਉਹਨੂੰ ਇਹ ਨਹੀਂ ਆਖਣਾ ਵੀ ਇਹ ਕਾਂਗਰਸੀ ਆ ਜੇ ਫਲਾਨਾ ਉਹਦਾ ਕੰਮ ਸਗੋਂ ਪਹਿਲਾਂ ਕਰਨਾ ਵਿਰੋਧੀ ਵੀ ਉਹਦਾ ਭਾਵੇਂ ਅੱਜ ਦੂਜੀ ਪਾਰਟੀ ਚ ਇਹਦਾ ਕੰਮ ਕਰਾਂਗੇ ਤੇ ਆਪਣੀ ਪਾਰਟੀ ਚ ਆਊਗਾ ਪਾਲਾ ਸਿੰਘ ਹੋਰੀ ਤਾਂ ਅਕਸਰ ਮਿਲਦੇ ਰਹਿੰਦੇ ਮਿਲਦੇ ਰਹਿੰਦੇ ਸੀ ਜੀ ਮਿਲਦੇ ਰਹਿੰਦੇ ਸੀ ਕੋਈ ਫਰਕ ਨਜ਼ਰ ਆਇਆ ਉਹਨਾਂ ਦੇ ਵਿੱਚ ਪੰਜ ਵਾਰ ਮੁੱਖ ਮੰਤਰੀ MLA ਨਹੀਂ ਨਹੀਂ ਆਇਆ ਜੀ ਨਹੀਂ ਉਹ ਤਾਂ ਜਦੋਂ ਇੱਥੇ ਆਉਂਦੇ ਸੀ ਨਾ ਕਈ ਵਾਰ ਬਾਹਰ ਸੰਗਤ ਦਰਸ਼ਨ ਲਾਉਣਾ ਤੇ ਸਕਿਉਰਟੀ ਵਾਲਿਆਂ ਪਾਸੇ ਖੜੇ ਹੋਣਾ ਉਹਨਾਂ ਨੂੰ ਆਖਣਾ ਬਹਿ ਜਾਓ ਅੱਛਾ ਆਪਣਿਆਂ ਚ ਬੈਠਾ ਮੈਨੂੰ ਆਪਣਿਆਂ ਚ ਬੈਠਾ ਕੋਈ ਖਤਰੇ ਵਾਲੀ ਗੱਲ ਨੀ ਤੁਸੀਂ ਥੱਕ ਗਏ ਖੜੇ ਬਹਿ ਜਾਓ ਦਮ ਲੈ ਲਓ ਉਹਨਾਂ ਨੂੰ ਪਾਸੇ ਕੁਰਸੀਆਂ ਤੇ ਬਾ ਦੇਣਾ ਗੱਲਾਂ ਕਰੀ ਜਾਣੀ ਤੇ ਕਦੇ ਚੰਡੀਗੜ੍ਹ ਜਾ ਕੇ ਬਾਦਲ ਸਾਹਿਬ ਨੂੰ ਮਿਲੇ ਵੀ ਚੰਡੀਗੜ੍ਹ ਹੁੰਦਾ ਨਾ ਮੇਰੇ ਪਿੰਡ ਦਾ ਕਿਉਂਕਿ ਅਕਸਰ ਹੁੰਦਾ ਕਿ ਜਦੋਂ ਮਾਲਵੇ ਚ ਕੋਈ ਜਾਂਦਾ ਇੱਧਰ ਜਾਂਦਾ ਜੀ ਕਿ ਚੰਡੀਗੜ੍ਹ ਉਹਨੂੰ ਮਿਲ ਕੇ ਆਉਂਦਾ ਸੀ ਕਦੇ ਬਾਦਲ ਸਾਹਿਬ ਨੂੰ ਚੰਡੀਗੜ੍ਹ ਜਾ ਕੇ ਮਿਲਣ ਦਾ ਮੌਕਾ ਮਿਲਿਆ ਮਿਲਦੇ ਸੀ ਜੀ ਮਿਲਦੇ ਸੀ ਦੋ ਤਿੰਨ ਰਮਾਂ ਵੀ ਮਿਲ ਕੇ ਆਏ ਜੀ ਚੰਡੀਗੜ੍ਹ ਹਾਂ ਜੀ ਚੰਡੀਗੜ੍ਹ ਉੱਥੇ ਮਿਲਣੀ ਤੇ ਇੱਥੋਂ ਦੀ ਮਿਲਣੀ ਚ ਕੀ ਫਰਕ ਸੀ ਕੋਈ ਫਰਕ ਨਹੀਂ ਸਾਨੂੰ ਕੋਈ ਫਰਕ ਨਹੀਂ ਸੀ ਸਾਨੂੰ ਕੋਈ ਫਰਕ ਨਹੀਂ ਸਾਨੂੰ ਉੱਥੇ ਵੀ ਇਜਾਜ਼ਤ ਸੀ ਵੀ ਜਦੋਂ ਦਸ ਦਿਨ ਬਾਦਲ ਆਏ ਉਦੋਂ ਮਿਲਾ ਦਿੰਦੇ ਸੀ ਅੱਛਾ ਉੱਥੇ ਤਾਂ ਬੜੀ ਸੁਰੱਖਿਆ ਹੁੰਦੀ ਆ ਬੜਾ ਸੁਰੱਖਿਆ ਲਈ ਮਿਲਾਉਂਦੇ ਸੀ ਉਹੀ ਮਿਲਾਉਂਦੇ ਸੀ ਉਹੀ ਮਿਲਾਉਂਦੇ ਜਦੋਂ ਜਾ ਕੇ ਕਹਿੰਦੇ ਸੀਗੇ ਪਿੰਡ ਬਾਦਲ ਤੋਂ ਪਾਲਾ ਸਿੰਘ ਬਾਹਰ ਲਿਖਾਉਣਾ ਤਾਂ ਪੈਂਦਾ ਸੀ ਵੀ ਬਾਦਲ ਪਿੰਡ ਤੋਂ ਆਏ ਆ ਫਿਰ ਉਹ ਸੱਦ ਲੈਂਦੇ ਸੀ ਅੰਦਰ ਜਦੋਂ ਜਾ ਕੇ ਦੱਸਦੇ ਸੀ ਫਿਰ ਸੱਦ ਲੈਂਦੇ ਇੱਕ ਖਾਸ ਚਰਚਾ ਉਹਨਾਂ ਬਾਰੇ ਕਿ ਜਿਹੜੇ ਵਿਅਕਤੀ ਨੂੰ ਮਿਲਦੇ ਸੀ ਉਹਨੂੰ ਨਾਂ ਲੈ ਕੇ ਬੁਲਾਉਂਦੇ ਸੀ ਨਾਂ ਤਾਂ ਦੂਰੋਂ ਪਛਾਣ ਲੈਂਦੇ ਐਡੇ ਹੀ ਉਹਨਾਂ ਯਾਦਗਿਰੀ ਸੀ ਜੇ ਬੰਦੇ ਨੇ ਜਾਣਾ ਨਾ ਬਹਿਣ ਤੋਂ ਪਹਿਲਾਂ ਉਹਦਾ ਨਾਂ ਲੈ ਕੇ ਆਖਣਾ ਉਸ ਨਾਂ ਕੀ ਹਾਲ ਯਾਦਗਿਰੀ ਬੜੀ ਸੀ ਫਿਰ ਐਂ ਕਿਤੇ ਆਉਣਾ ਕਿਸੇ ਦੇ ਘਰੇ ਮਰਗ ਮੁਰਗ ਤੇ ਪਹਿਲਾਂ ਸੁਣਿਆ ਗੱਲ ਦਿੰਦੇ ਵੀ ਅਸੀਂ ਆਉਣਾ ਫਲਾਣੇ ਦੇ ਘਰ ਪੈਣ ਉਹ ਫਿਰ ਪਿੰਡ ਚੋਂ ਸਿਆਣੇ ਪੰਜ ਦਸ ਬੰਦੇ ਸੱਦ ਕੇ ਘਰੇ ਬਾ ਲੈਂਦਾ ਸੀ ਘਰ ਵਾਲਾ ਫਿਰ ਅਸੀਂ ਬੈਠੇ ਹੋਣਾ ਜਦੋਂ ਆਉਣਾ